ਕੇਂਦਰ ਨੂੰ ਠੀਕਰੀ ਵਾਲੇ ਦਾ ਗੁਰਪ੍ਰੀਤ ਤਿਆਰ ਹੈ। ਗੁਰਪ੍ਰੀਤ ਨੂੰ ਜਿੰਨੇ ਜੱਸੇ ਲਾਉਣਗੇ ਡੱਗੋ ਰਵਾਣੇ ਵਾਲੇ ਪੋਪਲ ਭਲਵਾਨ ਵੱਲੋਂ ਦੇ 500 ਦੇ ਉੱਤੇ ਜਾਣਗੇ। ਲਓ ਕਹਿੰਦੇ ਗੁਰਪ੍ਰੀਤ ਦੀ ਕਬੱਡੀ ਪੈ ਰਹੀ ਹੈ। ਇਹ ਠੀਕਰੀ ਵਾਲੇ ਪਿੰਡ ਦਾ ਗੁਰਪ੍ਰੀਤ ਔਰ ਡੱਗੋ ਵਾਲੇ ਜਿੰਨੇ ਜੱਸੇ ਲਾਉਣਗੇ ਉਹਨੇ 500 ਦੇ ਉੱਤੇ ਜਾਣਗੇ। ਔਰ ਗੁਰਪ੍ਰੀਤ ਕਹਿੰਦੇ ਵਾਪਸ ਆ ਗਿਆ। ਆ ਟੋਟੇ ਵਾਲਾ ਲੋਕੀ ਗੱਲਾਂ ਕਰਦੇ ਆ ਵੀ ਇਹਦੇ ਪੱਪਾ ਥੱਲੇ ਅੱਗ ਮੱਚਦੀ ਹੈ, ਇਹ ਬਾਲਾ ਫੁਰਤੀਲਾ, ਇਹ ਲੋਟ ਨਹੀਂ ਆਉਂਦਾ, ਇਹਦੇ ਚਰਚੇ ਹੈ, ਇਹ ਸਿਰਾ ਕਰਾਉਂਦਾ। ਇਹ ਆ ਟੋਟੇ ਵਾਲਾ ਸੰਦੀਪ ਮੇਰੇ ਮਿੱਤਰੋ। ਇੱਕ ਪਾਸੇ ਵਿੱਕੀ ਤਿਆਰ ਹੈ, ਨਾਲ ਕਹਿੰਦੇ ਲੱਖਾ ਹੈ, ਨਾਲ ਕਹਿੰਦੇ ਸਤਨਾਮ ਹੈ, ਉਹ ਬਾਜੇ ਦੇ ਚਰਚੇ ਹੈ। ਆ ਵਿੱਕੀ ਮੇਰੇ ਮਿੱਤਰੋ ਜਿਹੜਾ ਪੰਜਾਬ ਕੇਸਰੀ ਵੱਲੋਂ ਨਿਊਜ਼ੀਲੈਂਡ ਵੀ ਖੇਡਿਆ ਵਰਿੰਦਰ ਦੀ ਰੇਡ ਤੇ ਸੁਖਰਾ। ਆਓ ਕਹਿੰਦੇ ਭਿੰਡਰਾਂ ਦਾ ਵਰਿੰਦਰ ਅਗਲੀ ਕਬੱਡੀ ਪਾਉਣ ਦੇ ਲਈ ਤਿਆਰ ਹੈ। ਉਧਰ ਗੁਰਦੀਪ ਸਿੰਘ ਜੀ ਠੇਕੇਦਾਰ ਬਠਾਣੂ ਜਿਨ੍ਹਾਂ ਦਾ ਕਾਲੇ ਕੇ ਪਿੰਡ ਹੈ, ਪਾਲਾ ਰਮਾਣਾ ਤੇ ਰਾਣਾ ਰਮਾਣਾ ਇਹਨਾਂ ਵੀਰਾਂ ਦਾ ਧੰਨਵਾਦ ਕਰਦੇ ਹੈ। ਉਹ ਅੱਜ ਕਹਿੰਦੇ ਪੁੱਜੇ ਹੋਏ ਹੈ ਇਸ ਮੇਲੇ ਦੇ। ਆਓ ਸਾਹਮਣੇ ਪਈ ਸੀ ਰੇਡ, ਇਹ ਆ ਕਲਿਆਣਾ ਵਾਲਾ ਨਿੱਕੂ ਹੀਰੇ ਵਧਾਤਿਆਂ ਦੇ ਮੇਲੇ ਦੇ ਕਹਿੰਦੇ ਅਮਰੀਕਨ ਗਾਂ ਜਿੱਤੀ ਹੈ। ਆਓ ਨੰਬਰ ਆਪਣੀ ਟੀਮ ਦੇ ਲਈ ਜੋੜ ਗਿਆ ਅਗਲੀ ਕਬੱਡੀ ਪਾਉਣ ਦੇ ਲਈ। ਆਓ ਕਹਿੰਦੇ ਮੁੰਡਾ ਜਲੰਧਰ ਵਾਲਾ, ਮੁੰਡਾ ਕਹਿੰਦੇ ਦੁਆਬੇ ਵਾਲਾ, ਮੁੰਡਾ ਕਹਿੰਦੇ ਬੱਗਿਆਂ ਵਾਲਾ, ਤੁਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਹੁਣ ਚਾਰਾਂ ਦੇ ਵਿੱਚ ਕੌਣ ਜੱਥਾ ਲਾਵੇਗਾ ਇਹਦੇ ਟਾਈਮ ਦੱਸੇਗਾ, ਕਿਉਂਕਿ ਲੱਖੇ ਦਾ ਨਾਂ ਵੀ ਚੱਲਦਾ, ਭਾਜਾ ਵੀ ਸਿਰੇ ਦੇ ਜੱਥੇ ਲਾਉਂਦਾ। ਆਓ ਕਹਿੰਦੇ ਮੁਕਾਬਲਾ ਹੋ ਗਿਆ, ਪਰ ਦੁੱਲਾ ਭੱਜ ਤੁਰਿਆ। ਆਓ ਦੁੱਲਾ ਭੱਜ ਤੁਰਿਆ ਕਿ ਲੱਦੀ ਨੇ ਜਦੋਂ ਦੁੱਲਾ ਜੰਮਿਆ, ਗੱਲਾਂ ਹੋਈਆਂ ਸੀ ਮੁਗਲ ਦਰਬਾਰੇ, ਪਰ ਕਹਿੰਦੇ ਕਬੱਡੀ ਦਾ ਅੱਜ ਦੇ ਟਾਈਮ ਦਾ ਸਿਰੇ ਦਾ ਰੇਡਰ ਹੈ। ਆਓ ਠੀਕਰੀ ਵਾਲੇ ਗੁਰਪ੍ਰੀਤ ਦੀ ਰੇਡ ਵੀ ਅਮਰੀਕਾ ਗਿਆ। ਆਓ ਕਹਿੰਦੇ ਗੁਰਪ੍ਰੀਤ ਕਬੱਡੀ ਪਾ ਰਿਹਾ, ਡੱਗੋ ਵਾਲਾ ਕਹਿੰਦੇ ਤਿਆਰ ਹੈ ਸ਼ਰਨ, ਨਾਲ ਕਲਿਆਣਾ ਵਾਲਾ ਕਹਿੰਦੇ ਨਿੱਕੂ ਆਏ, ਆ ਮੁੰਡਾ ਵੀ ਕਹਿੰਦੇ ਕੈਲਗਰੀ ਫਰੰਟਸ ਦੀ ਟੀਮ ਵੱਲੋਂ ਖੇਡਿਆ। ਉਹ ਕਹਿੰਦੇ ਖੜਕਾ ਹੋ ਗਿਆ, ਉਹ ਖੜਕਾ ਵੜਕਾ, ਉਹ ਖੜਕਾ ਵੜਕਾ, ਉਹ ਖੜਕਾ ਵੜਕਾ ਪਿਆਰ ਨਾਲ ਜਿਹੜੇ ਹਿਸਾਬ ਨਾਲ ਜੱਟਾ ਤੂੰ ਚੱਲਦਾ, ਜੱਟੀ ਦੇ ਪਕਾਏ ਹੋਏ ਖਾਲੀ ਨਾਨ ਵੇ। ਆਓ ਨਾਨ, ਕਦੇ ਕਹਿੰਦੇ ਤੰਦੂਰੀ ਚੱਲਦੇ ਹੈ, ਆਓ ਕਦੇ ਤੰਦੂਰੀ, ਕਦੇ ਕਹਿੰਦੇ ਮੱਕੀ ਦੀ ਰੋਟੀ, ਕਦੇ ਸਰੋਂ ਦਾ ਸਾਗ, ਪਰ ਦੋਦੇ ਵਾਲੇ ਸੰਦੀਪ ਦੀ ਰੇਡ। ਹੁਣ ਜਾਫੀ ਚਾਰ, ਚਾਰੇ ਤਿਆਰ, ਹੁਣ ਚਾਰਾਂ ਦੇ ਵਿੱਚੋਂ ਕੌਣ, ਕਹਿੰਦੇ ਚਾਰੇ ਪਾਸੇ ਨਿਗਾਹ ਰੱਖਣੀ ਪੈਂਦੀ ਹੈ, ਚਾਰੇ ਪਾਸੇ ਨਿਗਾਹ ਰੱਖਣੀ ਪੈਂਦੀ, ਨੰਬਰ ਰੇਡਰ ਦਾ। ਆਓ ਕਹਿੰਦੇ ਭਿੰਡਰਾਂ ਦਾ ਪਿਸਤਲ ਆ ਗਿਆ, ਆਓ ਪਿਸਤਲ ਦੀ ਰੇਡ। ਡੱਗੋ ਵਾਲਾ ਸ਼ਰਨਾ ਵੀ ਤਿਆਰ ਹੈ, ਕਲਿਆਣਾ ਦੇ ਨਿੱਕੂ ਦੀ ਵੀ ਚੜ੍ਹਤ ਹੈ ਕਿ ਡੋਂਟ ਟ੍ਰਸਟ ਐਵਰੀ ਵਨ ਬਿਕੋਜ਼ ਸ਼ੂਗਰ ਐਂਡ ਸਾਲਟ ਬੋਥ ਹੈਵ ਸੇਮ ਕਲਰ, ਦੇਖਣ ਨੂੰ ਇੱਕੋ ਜਿਹੇ ਲੱਗਦੇ ਆ, ਆਓ ਪਰ ਟੇਸਟ ਵੱਖੋ ਵੱਖਰੇ ਆ। ਪਰ ਕਹਿੰਦੇ ਪਿਸਤਲ ਭੱਜ ਗਿਆ, ਆਓ ਪਿਸਤਲ ਭੱਜ ਗਿਆ ਤੇ ਤੁੱਲਾ ਆ ਗਿਆ ਰੇਡ ਪਾਉਣ ਦੇ ਲਈ। ਉੱਧਰ ਅਲੋਕ ਸਿੰਘ ਜੀ ਢਿੱਲੋ ਉਹ ਸਾਡੇ ਦਰਮਿਆਨ ਆਏ ਇੱਥੇ ਆਉਣ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੀ ਆਇਆਂ ਨੂੰ ਆਖਦੇ ਅਲੋਕ ਸਿੰਘ ਜੀ ਢਿੱਲੋ ਕਨੇਡਾ, ਇਹਨਾਂ ਨੇ ਰਿੰਦੇ ਦਾ ਬੁਲਟ ਨਾਲ ਸਨਮਾਨ ਕਰਨਾ। ਲੈ ਵੀ ਰਿੰਦਿਆ ਤੇਰੇ ਲਈ ਵੀ ਮੁਬਾਰਕਬਾਦ ਹੈ, ਬੁਲਟ ਨਾਲ ਵੱਡੇ ਸਨਮਾਨ। ਆਓ ਦੁੱਲੇ ਦੀ ਰੇਡ, ਦੁੱਲਾ 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 ਕਹਿੰਦੇ ਬੱਗਿਆਂ ਵਾਲਾ ਰੇਡ ਪਾ ਰਿਹਾ। ਆਓ ਲੱਖਾਂ 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 ਤੇ ਦੁੱਲਾ, ਮੁੰਡਾ ਤੇਜ ਹੈ, ਭੱਲੇ 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 ਇੱਥੇ ਆਓ ਦੁੱਲਾ ਫੜ ਲਿਆ। ਆਓ ਫਰੀਦਕੋਟ ਨੱਟ ਉੱਠਿਆ, ਆ ਦਰਸ਼ਕ ਤੇ ਅਮਰੀਕਾ ਹੀ ਭਾਲਦੇ ਸੀਗੇ ਕਦੋਂ ਆ ਟਾਈਮ ਆਵੇ, ਕੀ ਆਹੀ ਕੁਝ ਭਾਲਦੇ ਆ। ਉੱਧਰ ਦੁੱਲੇ ਨੂੰ ਜੱਫਾ ਲਾਉਣ ਵਾਲੇ ਨੂੰ 100 ਰੁਪਈਆ, ਡਾਕਟਰ ਵਿਸਾਖਾ ਸਿੰਘ ਤੇ 200 ਰੁਪਈਆ ਸਿਮਰਨਜੀਤ ਵੀਰ ਸਾਡਾ ਪੰਚਾਇਤ ਸੈਕਟਰੀ, ਉਹ ਭਰਾ ਵੱਲੋਂ ਲੱਖੇ ਦੇ ਲਈ ਪੁੱਜਦਾ ਹੋਇਆ ਵੀ ਜਿਹਨੇ ਦੁੱਲੇ ਨੂੰ ਜੱਫਾ ਲਾਇਆ ਹੈ। ਇਧਰ ਗੁਰਪ੍ਰੀਤ ਦੀ ਰੇਡ ਆਏ, ਉਹ ਪਾਲਤਾ ਇੱਕ ਤੇ ਪੀਵਾ ਕਿ ਨਹੀਂ ਮਿੱਤਰੋ ਗੁਰਪ੍ਰੀਤ ਭੰਗੜੇ ਪੈ ਗਏ। ਆਓ ਕਹਿੰਦੇ ਲੋਕਾਂ ਦੀ ਠੰਡ ਵੀ ਲੈ ਗਈ, ਆ ਲੋਈਆਂ ਲੋਈਆਂ ਲਾਹਤੀਆਂ, ਲੋਈਆਂ ਲਾਹਤੀਆਂ। ਔਰ ਸੰਦੀਪ ਕਹਿੰਦੇ ਫੇਰ ਆ ਗਿਆ ਦੋਤੇ ਵਾਲੇ ਦੀ ਰੇਡ, ਹੁਣ ਚਾਰਾਂ ਦੇ ਵਿੱਚੋਂ ਕੌਣ
ਕੌਣ ਕੌਣ ਕੌਣ ਬੱਲੇ ਬੱਲੇ ਕਰਾਊਗਾ ਇਹਦੇ ਟਾਈਮ ਦੱਸੂਗਾ। ਪਰ ਇੱਕ ਵਾਰ ਕਹਿੰਦੇ ਸਾਰਾ ਨਵਾਂ ਕਿਲਾ ਉਹ ਸਾਰਾ ਫਰੀਦਕੋਟ ਹੀ ਨੱਚ ਉੱਠਿਆ। ਉਹ ਜੇਤੇ ਵਾਲਾ ਸੰਦੀਪ ਭੱਜ ਗਿਆ, ਉਹ ਸੰਦੀਪ ਭੱਜ ਗਿਆ। ਉੱਧਰ ਕਹਿੰਦੇ ਰਿੰਦੇ ਕਬੱਡੀ ਖਿਡਾਰੀ ਦਾ ਸਨਮਾਨ ਸੁਖਜੀਤ ਮਾਨ ਸਾਡਾ ਵੀਰ ਮਾਨ ਮਰਾੜਾ ਵਾਲਾ ਉਹਦੇ ਵੱਲੋਂ 5 ਕਿਲੋ ਬਦਾਮਾਂ ਦੇ ਨਾਲ ਵੀ ਕੀਤਾ ਜਾਣਾ। ਰਿੰਦਾ ਕਬੱਡੀ ਖਿਡਾਰੀ 5 ਕਿਲੋ ਬਦਾਮਾਂ ਦੇ ਨਾਲ ਸੁਖਜੀਤ ਮਾਨ ਵੀਰ ਦੇ ਵੱਲੋਂ ਵੱਡੇ ਸਨਮਾਨ। ਇੱਥੇ ਆ ਕੇ ਬੁਲਟ ਵੀ ਮਿਲਣਾ। ਆਓ ਕਹਿੰਦੇ ਰੇਡ ਪਿੰਡਰਾਂ ਵਾਲੇ ਦੀ ਪਈ ਹੋਈ ਹੈ। ਹੁਣ ਚਾਰਾਂ ਦੇ ਵਿੱਚੋਂ ਕੌਣ ਨੰਬਰ ਕਹਿੰਦੇ ਨੰਬਰ ਕਹਿੰਦੇ ਰੇਡਰ ਵਾਲਾ ਵੀ ਪਿੰਡਰ ਰੁੜਿਆ ਰਾਮ ਸਿੰਘ ਜੀ ਨੰਬਰ ਦੁੱਲੇ ਵੀ ਆ ਤਿੰਨਾਂ ਕਬੱਡੀਆਂ ਦੇ 1000 ਹੋਵੇਗਾ ਜਿਹੜਾ ਦੁੱਲੇ ਨੂੰ ਜੱਸਾ ਲਾਵੇਗਾ 1000। ਜੇ ਦੁੱਲੇ ਨੇ ਮੋੜਤੀਆਂ ਫਿਰ ਤੇ ਦੁੱਲੇ ਦਾ ਬਣਦਾ, ਫਿਰ ਤੇ ਦੁੱਲੇ ਦਾ ਬਣਦਾ। ਆਹ ਦੁੱਲੇ ਵੀ ਕਬੱਡੀ ਪੈ ਰਹੀ ਹੈ। ਉੱਧਰ ਸਿਮਰਨਜੀਤ ਪੰਚਾਇਤ ਸੈਕਟਰੀ ਉਹਦੇ ਵੱਲੋਂ 500 ਆਏ। ਜੇ ਦੁੱਲੇ ਨੂੰ ਕੋਈ ਜੱਸਾ ਲਾਵੇਗਾ 500 ਆਏ। ਆਹ 1500 ਹੋ ਗਿਆ, ਦੁੱਲੇ ਵੀ ਰੇਡ ਪੈ ਰਹੀ ਹੈ। ਇਹਨਾਂ ਵੀ ਇਹ ਗਰਾਰੀਆਂ ਦੇ ਤੰਬੇ ਰਲਦੇ ਆ। ਉਹ ਬੱਲੇ ਬੱਲੇ ਹੋ ਗਈ ਮਿੱਤਰੋ ਭੰਗੜੇ ਠੀਕਰੀ ਵਾਲੀ ਫੇਰ ਆ ਗਿਆ ਕਿ ਕੌਡੀ ਵਾਲੀ ਫਿਲਮ ਚੱਲੇ ਜਦ ਰੀਅਲ ਸਭ ਕੁਝ ਹੋ ਜਾਂਦਾ। ਕਿਹਦੇ ਪਿੰਡੇ ਵਿੱਚ ਕਿੰਨੇ ਸੱਤੂ ਇਹ ਘੱਟ ਕਲੀਅਰ ਹੋ ਜਾਂਦਾ। ਸੁੱਖੀ ਲੋਪੋ ਜਦ ਹੋਰ ਫੈਸਲੇ ਖੜ ਪੱਬਾਂ ਤੇ ਤੱਕਦਾ ਜੱਗ ਮਿੱਤਰੋ ਜੋਰ ਤਕਨੀਕ ਜਦੋਂ ਭਿੜਦੇ ਗਰਾਊਂਡਾਂ ਵਿੱਚ ਫਿਰ ਨਿਕਲੇ ਗਰਾਊਂਡਾਂ ਵਿੱਚ ਅੱਗ ਮਿੱਤਰੋ ਅੱਗ ਮਿੱਤਰੋ ਉਹ ਠੀਕਰੀ ਵਾਲੀਆ ਉਹ ਠੀਕਰੀ ਵਾਲੀਆ ਉਹ ਖੜਕਾ ਕਹਿੰਦੇ ਫਰੀਦ ਕੋਟ ਸੁਣਦਾ ਹੋਣਾ ਲਾਹੌਰ ਸੁਣਦਾ ਹੋਣਾ ਇੱਧਰ ਵੀ ਨੇੜੇ ਹੀ ਪੈ ਜਾਂਦਾ ਦੋਦੇ ਵਾਲੇ ਦੀ ਰੇਡ। ਹੁਣ ਚਾਰਾਂ ਦੇ ਵਿੱਚੋਂ ਕੌਣ ਕੌਣ ਟਰਾਈ ਕਰੇਗਾ। ਉਹ ਮੈਚ ਸਿਰੇ ਦਾ ਚੱਲ ਰਿਹਾ ਆਓ ਕਹਿੰਦੇ ਸਾਨ ਭਿੜ ਰਹੇ ਹੈ ਟੱਕਰ ਸ਼ੇਰਾਂ ਦੀ ਹੈ। ਕੌਣ ਸ਼ੇਰ ਨੂੰ ਬੱਬਰ ਸ਼ੇਰ ਕੌਣ ਸ਼ੇਰ ਨੂੰ ਸਵਾ ਸ਼ੇਰ ਬਣ ਕੇ ਟੱਕਰੂਗਾ। ਆਓ ਦੋਦੇ ਵਾਲਾ ਸੰਦੀਪ ਭੱਜ ਗਿਆ ਆਓ ਦੋਦੇ ਵਾਲਾ ਸੰਦੀਪ ਭੱਜ ਗਿਆ ਵੇਲਾ ਸਿਰੇ ਦਾ। ਪ੍ਰਬੰਧਕਾਂ ਨੂੰ ਮੁਬਾਰਕਬਾਦ ਆ ਵੀ ਜਿੰਨਾ ਜ਼ੋਰ ਲਾਇਆ ਸੀਗਾ ਉਦਾਂ ਦੀਆਂ ਟੀਮਾਂ ਬਣ ਗਈਆਂ। ਉਹ ਚੋਟੀ ਦੇ ਮੈਚ ਹੋ ਗਿਆ। ਉਹ ਪਿੰਡਰਾਂ ਵਾਲਾ ਫੇਰ ਆ ਗਿਆ ਅਮਰੀਕਾ ਫੇਰ ਆ ਗਿਆ ਉਹ ਪਿੰਡਰਾਂ ਵਾਲਾ ਫੇਰ ਆ ਗਿਆ ਡੱਗੋ ਵਾਲਿਆ ਇਹਦਾ ਕੁਝ ਕਰਨਾ ਪੈਣਾ। ਸੁਖਰਾਜ ਕਹਿੰਦਾ ਵਰਿੰਦਰ ਫੇਰ ਆ ਗਿਆ ਉਹ 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 ਵਰਿੰਦਰ। ਇੱਕ ਗੱਲ ਆ ਵੀ ਵਰਿੰਦਰ ਨਿੱਕਾ ਹੁੰਦਾ ਬਾਂਝੀ ਵੀ ਬਹੁਤ ਖੇਡਦਾ ਰਿਹਾ ਆਓ ਬਾਂਝੀ ਵੀ ਬਹੁਤ ਖੇਡਦਾ ਰਿਹਾ ਨਵੀਂ ਦਿਆਲਪੁਰੇ ਵਾਲਿਆ ਡਾਂਜਾ ਮਾਰਦਾ ਲਓ ਦੁੱਲਾ ਫੇਰ ਆ ਗਿਆ ਨਵੀਂ ਲੱਖਾਂ ਫਾੜੇ ਪਿਆਰੀ ਸਾਰਾ ਫਰੀਦਕੋਟ ਆਉਂਦਾ ਹੋਣਾ ਵੀ ਜੇ ਲੱਖਾਂ ਕਿਤੇ ਇੱਕ ਜੱਫਾ ਹੋਰ ਲਾ ਦੇਵੇ ਗੱਲ ਵੱਖਰੀ ਹੈ ਪਰ ਇਹਦੇ ਟਾਈਮ ਦੱਸੂਗਾ। ਲਓ ਦੁੱਲੇ ਦੀ ਰੇਲ ਜਾਫੀ ਚਾਰ ਨੇ ਚਾਰੇ ਹੀ ਪਿਆਰ ਨੇ। ਹੁਣ ਚਾਰਾਂ ਦੇ ਵਿੱਚੋਂ ਕੌਣ 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 ਆਓ ਸੇਮ ਗੱਲ ਫੇਰ ਬਣ ਗਈ ਹੈ ਆਓ ਲੱਖਾਂ ਤੇ ਦੁੱਲਾ ਦੁੱਲਾ ਤੇ ਲੱਖਾਂ ਲੱਖਾਂ ਤੇ ਦੁੱਲਾ ਦੁੱਲਾ ਤੇ ਲੱਖਾਂ ਭੰਗੜੇ ਭੰਗੜੇ ਇੱਥੇ ਰਾਮ ਨੰਬਰ ਵੱਲੋਂ 1000 ਉਹ ਬਾਈ ਜੇ ਸਵਾਦ ਆਇਆ ਥੋੜਾ ਜਿਹਾ ਰੋਲਾ ਰੱਪਾ ਜੇ ਭੰਗੜੇ ਪੈ ਗਏ ਉਹ ਚਲੇ ਆਏ ਉਹ ਮੇਲਾ ਬਣ ਗਿਆ ਉਹ ਮੇਲਾ ਬਣ ਗਿਆ। ਸੁਖਰਾਜ ਗੁਰਪ੍ਰੀਤ ਮਨਦੀਪ ਉਹ ਕਲਿਆਣਾ ਮਾਰਿਆ ਦੁੱਲਾ ਔਖਾ ਹੀ ਮੁੜਦਾ ਉਹ ਦੁੱਲਾ ਦੋ ਵਾਰੀ ਟੰਗਤਾ ਡੱਗੋ ਵਾਲਿਆ ਉਹ ਕਹਿੰਦੇ ਫਰੀਦਕੋਟ ਯਾਰ ਸ਼ਰਨਾ ਉਹ ਕਹਿੰਦੇ ਗੁਰਪ੍ਰੀਤ ਤੇ ਸ਼ਰਨਾ ਸ਼ਰਨਾ ਤੇ ਗੁਰਪ੍ਰੀਤ ਉਹ ਲੱਗਾ ਹੋਇਆ ਜੋ ਮੁੰਡਾ ਫਰੀਦਕੋਟੀਆ ਉਹ ਮੁੰਡਾ ਫਰੀਦਕੋਟੀਆ ਇਹਨੂੰ ਸ਼ਰਨਾ ਕਹਿੰਦੇ ਆ ਇਹਨੂੰ ਸ਼ਰਨਾ ਕਹਿੰਦੇ ਆ। ਪੰਜ ਸੌ ਸ਼ਰਨੇ ਨੂੰ ਦਿੱਤਾ ਜਾਵੇਗਾ ਸ਼ੇਰੀ ਕਬੂਤਰਾਂ ਵਾਲਾ 100 ਲੱਖੇ ਦੇ ਲਈ ਪੁੱਜਦਾ ਕਰਦਾ। ਇੱਧਰ ਕਹਿੰਦੇ ਤੋਤੇ ਵਾਲਾ ਸੰਦੀਪ ਕਬੱਡੀ ਪਾ ਰਿਹਾ ਆਓ ਕਹਿੰਦੇ ਐਨ ਭੰਗੜੇ ਪੈ ਗਏ ਆ ਉਹ ਧੁੰਦ ਵੀ ਚੱਕੀ ਗਈ ਆ ਉਹ ਪੂਰੀਆਂ ਵੀ ਘੁੰਮ ਗਈਆਂ ਉਹ ਹੁਣ ਤੇ
ਮੁੜਕਾ ਆਉਣਾ ਬਾਕੀ ਹੈ, ਹੁਣ ਤੇ ਮੁੜਕਾ ਆਉਣਾ ਬਾਕੀ ਹੈ। ਇਹਦੇ ਕੁਆਟਰ ਸੁਖਰਾਜ ਸੈਮੀ ਤੇ ਬਾਕੀ ਹੈ, ਸੈਮੀ ਤੇ ਬਾਕੀ ਹੈ। ਆਓ ਪ੍ਰਿੰਬਲ ਕਹਿੰਦੇ ਕਬੱਡੀ ਪਾ ਰਿਹਾ, ਰੋਟੇ ਵਾਲੇ ਕਰ ਗਿਆ ਲੜਾਉਂਦੇ ਵੀ। ਆਓ ਕਹਿੰਦੇ ਭਿੰਡਰਾਂ ਵਾਲੇ ਪਿਸਟਲ ਨੇ ਰੇਡ ਫੇਰ ਪਾ ਦਿੱਤੀ ਹੈ, ਮੈਚ ਸਿਰੇ ਦਾ। ਅੱਜ ਤੇ ਡੱਗੋ ਵਾਲਾ ਵੀ ਕਹਿੰਦੇ ਆਈ ਤੇ ਆਇਆ ਹੋਇਆ, ਕਲੈਣਾ ਵਾਲਾ ਨਿੱਕੂ ਵੀ ਤਿਆਰ ਆ ਫਿੱਟਾ। ਉਹ ਮੁੰਡਾ ਗਰਮੀ ਨਾਲ ਲੱਗਿਆ, ਉਹ ਮੁੰਡਾ ਗੁੱਸੇ ਨਾਲ ਲੱਗਿਆ, ਪਰ 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 ਵਰਿੰਦਰ ਬਾਊਸਰ ਵੀ ਜ਼ਰੂਰ ਆ ਕੇ ਪ੍ਰਬੰਧਕਾਂ ਨਾਲ ਸੰਪਰਕ ਕਰਨ। ਉਹ ਬਾਈ ਦੇ ਮੇਲੇ ਦਾ ਸਵਾਦ ਆ, ਇੱਕ ਵਾਰੀ ਰੌਲਾ ਰੱਪਾ ਜੇ। ਭੰਗੜੇ ਪੈ ਗਏ, ਉਹ ਭੰਗੜੇ ਪੈ ਗਏ, ਉਹ ਭੰਗੜੇ ਪੈ ਗਏ, ਉਹ ਲੋਕ ਰੋਣੇ, ਉਹ ਇੰਨੇ ਰੋਣੇ ਨੇ ਤੇ ਆਲੇ ਦੁਆਲੇ ਦੀਆਂ ਕਣਕਾਂ ਤੋਂ ਵੀ ਤਰੇਲ ਝੜਦੀ ਹੋਣੀ ਹੈ। ਉਹ ਕਹਿੰਦੇ ਰੇਡ ਦੇਤੇ ਵਾਲੇ ਸੰਦੀਪ ਦੀ ਹੈ, ਹੁਣ ਚਾਲਾਂ ਦੇ ਵਿੱਚੋਂ ਡੱਗੋ ਆਇਆ, ਕੌਣ ਟਰਾਈ ਕਰੇਗਾ ਇਹਦੇ ਟੀਮ ਦੱਸੇਗਾ। ਉਹ ਲੱਖੇ ਨੇ ਵੀ ਅੱਜ ਦੇ ਨਜ਼ਾਰੇ ਲਿਆਦੇ ਆ। ਉਹ ਕਹਿੰਦੇ ਖਾਰੇ ਵਾਲਾ, ਖਾਰੇ ਵਾਲਾ, ਇਹਨੂੰ ਵਿੱਕੀ ਕਹਿੰਦੇ ਆ। ਉਹ ਮੇਰੇ ਮਿੱਤਰੋ ਲੱਗਾ ਹੋਇਆ ਜੋ ਇਹਨੂੰ ਸੰਦੀਪ ਕਹਿੰਦੇ ਆ। ਆਓ ਕਹਿੰਦੇ ਗੁਰਪ੍ਰੀਤ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਆਓ ਕਹਿੰਦੇ ਐਨ ਜਾਫੀਆਂ ਨੇ ਉਹ ਰੇਡਰਾਂ ਦੀ ਇੱਕ ਵਾਰੀ ਤਾਂ ਲੰਬ ਮਰਾ ਦੀ ਹੈ। ਉਹ ਘਰੇ ਜਾ ਕੇ ਨਾ ਕਹਿਣਗੇ ਵੀ ਸੌਖੀਆਂ ਹੀ ਪਾ ਦੀਆਂ, ਪਰ ਵਾਕਈ ਸਵਾਦ ਵੱਖਰਾ ਹੈ। ਅਗਲੀ ਰੇਡ ਗੁਰ ਪਰ ਹਾਲੇ ਨਹੀਂ ਪਤਾ। ਆਓ ਸ਼ਰਾਮਾਂ ਵਾਲੇ ਆਪਦੀ ਨਵੀਂ ਵਿਉਂਤਬੰਦੀ ਬਣਾਈ ਜਾਂਦੇ ਆ। ਆਓ ਕਹਿੰਦੇ ਪਿਸਟਲ ਫੇਰ ਆ ਗਿਆ, ਪਿਸਟਲ ਕਹਿੰਦੇ ਫੇਰ ਆ ਗਿਆ। ਪਿੰਡਾਂ ਵਾਲਾ ਵਰਿੰਦਰ ਕਹਿੰਦੇ ਫੇਰ ਆ ਗਿਆ। ਆਓ ਕਹਿੰਦੇ ਚਾਰ ਨੇ, ਚਾਰੇ ਤਿਆਰ ਨੇ, ਮੈਨੂੰ ਲੱਗਦਾ ਵੀ ਕੁੰਡੀ ਅੜੀ ਹੋਈ ਹੈ। ਹੁਣ ਕੁੰਡੀ ਨੀ, ਹੁਣ ਤੇ ਕੁੰਡੇ ਹੀ ਅੜਗੇ ਲੱਗਦੇ ਆ। ਆਓ ਸਾਹਮਣੇ ਸ਼ਰਨਾ ਤੇ ਵਰਿੰਦਰ, ਉਹ ਵਰਿੰਦਰ ਤੇ ਸ਼ਰਨਾ, ਆਓ ਲੱਗਾ ਹੋਇਆ ਜੋਰ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ। ਉਹ ਨਹੀਂ ਹੋਈ ਸੀ, ਇੱਥੇ ਰੱਖ, ਇੱਥੇ ਰੱਖ, ਇੱਥੇ ਰੱਖ, ਬੋਲੋ ਤਖਤੇ ਚੁੰਗਲ ਆ ਗਈ, ਤਖਤੇ ਚੁੰਗਲ ਆ ਗਈ। ਆਓ ਕਹਿੰਦੇ ਕਈ ਕੁਝ ਤਖਤਿਆਂ ਜਾ ਗਿਆ, ਆਓ ਚੀਲ ਚ, ਆਓ ਸਾਹਮਣੇ ਕਹਿੰਦੇ ਦਿੱਲਾ ਫੇਰ ਆ ਗਿਆ, ਉਹ ਦਿੱਲਾ ਫੇਰ ਆ ਗਿਆ, ਉਹ ਦਿੱਲਾ ਕਹਿੰਦੇ ਫੇਰ ਆ ਗਿਆ। ਉਹ ਦੁਨੀਆਂ ਨੂੰ ਠੰਡ ਦਾ ਚੇਤਾ ਭੁੱਲ ਗਿਆ, ਮੈਂ ਜਾਣ ਸਿਰੇ ਦਾ। ਉਹ ਲੋਈਆਂ ਵੀ ਲੈ ਗਿਆ, ਟੋਟੇ ਵੀ ਲੈ ਗਿਆ, ਉਹ ਕੰਬਲ ਵੀ ਲੈ ਗਿਆ, ਉਹ ਦਿੱਲੇ ਦੀ ਰੇਡ। ਹੁਣ ਕੌਣ ਟਰਾਈ ਕਰੂਗਾ, ਉਹ ਕੌਣ ਬੱਲੇ ਬੱਲੇ ਕਰਾਊਗਾ? ਉਹ ਦਿੱਲਾ ਲੋਕੀ ਚੁੱਪ ਹੋ ਗਏ ਵੀ ਪਤਾ ਨੀ ਕੀ ਬਣਨਾ। ਟਾਈਆਂ ਸਾਰਿਆਂ ਦੇ ਸਾਹਮਣੇ ਪੈਣਗੀਆਂ। ਅਗਲੇ ਬੱਚਾ ਬਲੀ ਮਾਣੂਕੇ ਤੇ ਬਦਰਾ, ਇਹ ਟੀਮਾਂ ਆ ਜਾਣੇ, ਟਾਈਆਂ ਸਭ ਦੇ ਸਾਹਮਣੇ ਪੈਣਗੀਆਂ, ਟਾਈਆਂ ਸਭ ਦੇ ਸਾਹਮਣੇ ਪੈਣਗੀਆਂ। ਆਓ ਕਹਿੰਦੇ ਗੁਰਪ੍ਰੀਤ ਠੀਕਰੀ ਵਾਲੇ ਪਿੰਡ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ। ਥਾਪੀਆਂ ਦੇਵੇ ਉੱਧਰ, ਉਹ ਨੰਬਰ ਕਿੰਨੇ ਕਿੰਨੇ ਐ, ਉਹ ਨੰਬਰ ਕਿੰਨੇ ਕਿੰਨੇ ਐ ਬਾਬਾ ਜੀ ਦੱਸੀਏ ਹੁਣ ਜਲਦੀ ਦੇ ਨਾ। ਡੱਗੋ ਰਮਾਣੇ ਦੇ ਨੰਬਰ ਰਹੇ ਆ ਦਰਸ਼ਕ ਵੀਰੋ 11 ਤੇ ਸਰਾਵਾਂ ਦੇ ਨੰਬਰ 12.5। ਦੁੱਲਾ ਤੇ ਸ਼ਰਨਾ ਉਹ ਵੀਰ ਆ ਕੇ ਆਪਣੇ ਸਨਮਾਨ ਲੈ ਲੈਣ, ਦੁੱਲਾ ਤੇ ਸ਼ਰਨਾ ਲੈ ਲੈਣ। ਇੱਕ ਬੇਨਤੀ ਹੈ ਪੰਮਾ ਗਾਂਧਰਾਂ ਵਾਲਾ, ਪੰਮੇ ਨੂੰ ਬੇਨਤੀ ਹੈ ਵੀ ਉਹ ਇੱਕ ਮਿੰਟ ਲਈ ਢੇਰੀਆਂ